ਅਕਾਲ ਜੀ ਦੋਸਤੋ, ਤੁਸੀਂ ਦੇਖ ਰਹੇ ਹੋ ਮਾਲਵਾ ਨੰਬਰ 1 ਚੈਨਲ। ਖਬਰ ਆ ਰਹੀ ਹੈ ਜੀ ਫਰੀਦਕੋਟ ਜ਼ਿਲ੍ਹੇ ਦੇ ਕਸਬਾ ਸਾਦਕ ਤੋਂ, ਜਿੱਥੇ ਕਿ ਅੱਜ ਥਾਣਾ ਸਾਦਕ ਦੀ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ, ਜਿਨ੍ਹਾਂ ਨੇ ਕਿ ਅੱਜ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਤੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੇਸ਼ ਹੈ ਸਾਡੇ ਪੱਤਰਕਾਰ ਸੁਖਦੇਵ ਸਿੰਘ ਸਾਗਰ ਦੀ ਇਹ ਖਾਸ ਰਿਪੋਰਟ। हाँ जी, जरा कल केस फड़ा जी, तुसी बरामद किया अपना नशीला पाउडर, किस जगह तो दोषी पकड़ा गया? कल एएसआई करमजीत सिंह ते एएसआई जिहड़ा हैगा चरणजीत सिंह, ये गए सी गश्त। इन्होंने जिहड़ा गुरु साहिब रोड तो जनेरिया रोड लिंक रोड निकलती है वो छप्पड़ के कोल, इत्थे एक बंदा शक्की हालत फड़िया सीगा, उत्थों फिर उन्होंने थाने फोन किया मुंशी कोल, मुंशी ने मैंने मैं थाने हाजिर सीगा, उन्होंने कहा भी कोई नशीला पदार्थ जापता दे कोल, फिर मैं पुलिस पार्टी समेत उत्थे मौके ते पहुंचा सीगा। ਕੀ ਬਰਾਮਦ ਕੀਤਾ ਗਿਆ ਉੱਥੋਂ? ਦੇਖੋ ਹੈਰੋਇਨ ਬਰਾਮਦ ਹੋਈ ਸੀ। ਕਿੰਨੀ ਮਾਤਰਾ? 5 ਗ੍ਰਾਮ ਹੈਰੋਇਨ ਹੋਈ ਹੈ ਵਜ਼ਨ ਕਰਕੇ, ਅਤੇ ਗ੍ਰਿਫਤਾਰੀ ਕਰਕੇ ਮੁਕੱਦਮਾ ਦਰਜ ਕਰ ਦਿੱਤਾ। ਕਿੰਨੇ ਜਾਣੇ ਸੀ? ਇਹ ਇਕੱਲਾ ਹੀ ਸੀਗਾ ਜੀ। ਅਤੇ ਮੁਕੱਦਮਾ ਕਿਹੜੀ ਕਿਹੜੀ ਧਾਰਾ ਕੀਤਾ ਗਿਆ? ਮੁਕੱਦਮਾ ਨੰਬਰ 114 ਮਿਤੀ 28/10/1821 ਅਧੀਨ ਧਾਰਾ 21A 81A 61 NDP ਸੈਕਟਰ। ਕੋਈ ਪੁਲਿਸ ਰਿਮਾਂਡ ਵਗੈਰਾ ਲਿਆ ਗਿਆ ਕਿ ਨਹੀਂ? ਹਾਂ, ਉਹਦੇ ਬਾਰੇ ਅੱਜ ਲਿਖਿਆ ਮਾਣਯੋਗ ਅਦਾਲਤ ਨੂੰ, ਪੁਲਿਸ ਰਿਮਾਂਡ ਲੈਣ ਲਈ ਭੇਜਿਆ ਹੋਇਆ। ਅਤੇ ਮੈਡਮ ਹੈਗੀ ਅਮਨਦੀਪ ਕੌਰ ਜਿਹੜੀ ਹੈਗੀ ਸਬ ਇੰਸਪੈਕਟਰ, ਉਹ ਪੇਸ਼ ਕਰਨ ਲਈ ਲਿਖ ਗਏ ਹੋਏ ਨੇ। ਅਤੇ ਨਾਮ ਕੀ ਹੈ ਦੋਸ਼ੀ ਦਾ? ਦੋਸ਼ੀ ਦਾ ਨਾਮ ਹੈਗਾ ਜੀ ਗੁਰਵਿੰਦਰ ਸਿੰਘ ਏਰੀਸ ਦੀਪੂ, ਹਰਬੰਸ ਸਿੰਘ ਵਾਸੀ ਸਾਦਕ।